ਇਨਸਾਨਾਂ ਨੂੰ ਦਿੱਤਾ ਗਿਆ ਉਹ ਪ੍ਰਪੋਜ਼ਲ ਕੀ ਹੈ, ਉਸਦੇ ਮਾਇਨੇ ਕੀ ਨੇ ਔਰ ਕਿਸਾਨ ਜਥੇਬੰਦੀਆਂ ਕਿਵੇਂ ਦੇਖਦੀਆਂ ਨੇ, ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਜਗਜੀਤ ਸਿੰਘ ਡੱਲੇਵਾਲ ਹੋਰਾਂ ਤੋਂ। ਡੱਲੇਵਾਲ ਸਾਹਿਬ, ਜਿਹੜਾ ਪ੍ਰਪੋਜ਼ਲ ਦਿੱਤਾ ਗਿਆ 4 ਘੰਟੇ ਤੋਂ ਬਾਅਦ ਦੀ ਬੈਠਕ ਦਾ, ਇਸ ਨੂੰ ਜੋ ਪ੍ਰਪੋਜ਼ਲ ਹੈ ਕੀ ਔਰ ਇਸ ਦੇ ਨਾਲ ਫਰਕ ਕੀ ਪਏਗਾ ਪਹਿਲਾਂ ਤੇ ਹੁੰਦੇ ਖੇਤੀ ਸੈਕਟਰ ਦੇ ਵਿੱਚ? ਦੇਖੋ, ਪਹਿਲੀ ਤਾਂ ਗੱਲ ਇਹ ਹੈ ਕਿ ਜਿਹੜੀ ਪ੍ਰਪੋਜ਼ਲ ਹੈ ਕਿ ਤੁਹਾਡਾ ਸਵਾਲ ਹੈ ਜਿਹੜਾ ਉਹ ਇਹ ਹੈ ਕਿ ਦਾਲਾਂ ਤੇ ਅੰਦਰ ਦੀਆਂ ਹੀ ਏਜੰਸੀਆਂ ਦੇ ਥਰੂ MSP ਦੀ ਨਿਰਧਾਰਤ ਹੋਏਗੀ, ਉਹਦੇ ਤੇ ਸਾਰੀ ਦੀ ਸਾਰੀ ਪ੍ਰੋਕਿਓਰਮੈਂਟ ਕਰਾਂਗੇ। ਇੱਕ ਤਾਂ ਇਹ ਉਹਨਾਂ ਨੇ ਮਤਲਬ ਸਾਨੂੰ ਜੋ ਗੱਲ ਕੀਤੀ ਹੈ ਕੀਤੀ ਹੈ। ਦੂਸਰੀ ਹੈ ਕਿ ਜਿਹੜਾ ਇਹਨੂੰ ਅਸੀਂ ਕਿਵੇਂ ਗਿਣਦੇ ਹਾਂ ਜਾਂ ਇਹਦੀ ਕਿੰਨੀ ਕੁ, ਉਹ ਸਾਨੂੰ ਆਪਦੇ ਐਕਸਪਰਟਾਂ ਨਾਲ ਗੱਲ ਕਰਨੀ ਪਏਗੀ ਕਿ ਇਹਦੇ 'ਚ ਕਿੰਨੀ ਕੁ ਲੀਗਲਿਟੀ ਬਣਦੀ ਹੈ, ਕਿਉਂਕਿ ਲੀਗਲਾਈਜ਼ ਕਰਨਾ ਸਾਡਾ ਵੱਡਾ ਮੁੱਦਾ ਹੈ ਕਿ ਸ਼ੋਰ ਹੋ ਜੇ ਕਿ ਕਿਸਾਨ ਨੂੰ ਉਹ ਮਿਲੇ, ਔਰ ਉਹਦੇ ਲਈ ਅਸੀਂ ਆਪਦੇ ਐਕਸਪਰਟਾਂ ਨਾਲ ਵੀ ਗੱਲ ਕਰਾਂਗੇ, ਸਾਡੇ ਕਿਸਾਨ ਕਿੱਥੋਂ ਤੱਕ ਸਹਿਮਤ ਹੁੰਦੇ ਨੇ ਇਹ ਵੀ ਗੱਲ ਕਰਾਂਗੇ। ਕਿਉਂਕਿ ਹੁਣ ਤੱਕ ਝੋਨਾ ਬੀਜਣਾ ਕਿਸਾਨ ਦੀ ਮਜਬੂਰੀ ਸੀਗਾ ਕਿ ਕਿਸਾਨ ਕਹਿੰਦਾ ਸੀ ਕਿਉਂਕਿ ਸੈਂਟਰ ਦੀਆਂ ਏਜੰਸੀਆਂ ਸਾਰੀ ਫਸਲ ਚੁੱਕ ਲੈਂਦੀ ਤਾਂ ਬੀਜਦੇ ਆ, ਜੇਕਰ ਸਾਨੂੰ ਦਾਲਾਂ ਤੇ ਕਪਾਹ ਤੇ ਬਾਕੀ ਫਸਲਾਂ ਵੀ ਸੈਂਟਰ ਚੱਕੇਗੀ ਤਾਂ ਅਸੀਂ ਬੀਜਾਂਗੇ, ਅਸੀਂ ਕਰਾਂਗੇ, ਅਸੀਂ ਕਿਉਂ ਝੋਨੇ ਵਾਲੇ ਪਾਸੇ ਜਾਵਾਂਗੇ? ਪਾਣੀ ਬਹੁਤ ਹੇਠਾਂ ਚਲਾ ਗਿਆ ਔਰ ਐਕਸਪਰਟ ਤਾਂ ਇਹ ਵੀ ਦੱਸਦੇ ਨੇ ਕਿ ਜੇਕਰ ਝੋਨਾ ਬੀਜਦੇ ਰਹੇ ਤਾਂ ਰਿਪੋਰਟਾਂ ਇਹ ਆ ਰਹੀਆਂ 25 ਸਾਲਾਂ 'ਚ ਪੰਜਾਬ 'ਚ ਪਾਣੀ ਮੁੱਕ ਜਾਏਗਾ। ਤੁਹਾਨੂੰ ਲੱਗਦਾ ਕਿ ਇੱਕ ਚੰਗਾ ਪ੍ਰਪੋਜ਼ਲ ਹੈ ਜਾਂ ਚੰਗੀ ਰਾਏ ਹੈ, ਜਾਂ ਅਗਰ ਸੈਂਟਰ 5 ਸਾਲ ਦਾ ਵਾਅਦਾ ਕਰ ਰਹੀ ਹੈ ਤਾਂ ਇਹ ਚੰਗੀ ਗੱਲ? ਦੇਖੋ, ਡਾਇਵਰਸੀਫਿਕੇਸ਼ਨ ਦੇ ਮਾਮਲੇ ਤੋਂ ਜਾਂ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਹਾਲਾਤ ਨੇ ਜਾਂ ਪੰਜਾਬ ਦੇ ਕਿਸਾਨਾਂ ਨੂੰ ਪੋਲੂਸ਼ਨ ਦੇ ਨਾਮ ਤੇ ਪਰੇਸ਼ਾਨ ਕੀਤਾ ਜਾਂਦਾ ਹੈ, ਤਾਂ ਅਗਰ ਦੂਜੀਆਂ ਫਸਲਾਂ ਤੋਂ MSP ਦੀ ਗਰੰਟੀ ਬਣ ਜਾਏਗੀ ਤਾਂ ਕਿਸਾਨ ਆਪਣੇ ਆਪ ਉਹਨਾਂ ਫਸਲਾਂ ਵੱਲ ਨੂੰ ਮਤਲਬ ਝੁਕਾ ਕਰਨਗੇ, ਔਰ ਉਹਦੇ ਨਾਲ ਡੈਫੀਨੇਟਲੀ ਇਹ ਗੱਲ ਹੋਏਗੀ ਕਿ ਪਾਣੀ ਵੀ ਬਚੇਗਾ, ਕਿਸਾਨਾਂ ਦਾ ਖਰਚਾ ਵੀ ਘਟੇਗਾ, ਔਰ ਉਹਦੇ ਨਾਲ ਜਿਹੜਾ ਪੋਲੂਸ਼ਨ ਦਾ ਰੋਜ਼ ਰੋਲਾ ਪੈਂਦਾ ਉਹਦੀ ਵੀ ਸਮੱਸਿਆ ਦਾ ਹੱਲ ਹੋ ਸਕਦਾ ਹੈ। ਇਹ ਜੇਕਰ ਸਰਕਾਰ ਇਹਨੂੰ ਮਤਲਬ ਅਸੀਂ ਜਿਹੜਾ ਅਸੀਂ ਦਿੱਤੀ ਹੈ ਪ੍ਰਪੋਜ਼ਲ ਇਹ ਠੀਕ ਰਹਿੰਦੀ ਹੈ ਤਾਂ। ਸ਼ੰਭੂ ਬਾਰਡਰ ਤੇ, ਘਨੌਰੀ ਬਾਰਡਰ ਤੇ ਕਿਸਾਨ ਤੁਹਾਡਾ ਇੰਤਜ਼ਾਰ ਕਰ ਰਹੇ, ਤੁਹਾਡੀ ਇੱਕ ਕੋਲ ਦਾ ਕਹਿ ਰਹੇ ਕਿ ਵਾਪਸ ਘਰਾਂ ਨੂੰ ਜਾਈਏ ਜਾਂ ਦਿੱਲੀ ਵਾਲੇ ਪਾਸੇ ਜਾਈਏ, ਸਾਡੇ ਕੋਲ ਤਾਂ 6-6 ਮਹੀਨੇ ਦਾ ਰਾਸ਼ਨ ਹੈ, ਦੱਸੋ ਟੱਕਰਾਂ ਮਾਰੀਏ ਕਿ ਕਿੱਧਰਲੇ ਪਾਸੇ ਜਾਈਏ? ਉਹਨਾਂ ਨੂੰ ਥੋੜੀ ਸਥਿਤੀ ਕਲੀਅਰ ਕਰ ਦਿਓ ਕਿ 2 ਦਿਨ ਰੁਕਣਾ, ਤੁਸੀਂ ਕਹਿ ਰਹੇ ਹੋ ਕਿ 21 ਤੱਕ ਅਜੇ ਰੁਕੋ, ਇੰਤਜ਼ਾਰ ਕਰੋ, ਉਹਨਾਂ ਨੂੰ ਕਲੀਅਰ ਕਰ ਦਿਓ, ਸਾਰੇ ਸੁਣਦੇ ਹੋਣੇ ਤੁਹਾਨੂੰ। ਦੇਖੋ, ਜੋ ਸਾਨੂੰ ਸਰਕਾਰ ਨੇ ਦਿੱਤਾ ਹੈ ਇਹਦੇ ਤੇ ਚਰਚਾ ਕਰਨੀ ਹੈ, ਆਪਦੇ ਐਕਸਪਰਟਾਂ ਨਾਲ ਚਰਚਾ ਕਰਨੀ ਹੈ, ਉਹ ਚਰਚਾ ਤੋਂ ਬਾਅਦ ਹੀ ਅਗਲੀ ਗੱਲ ਵੱਲ ਮਤਲਬ ਵਧਿਆ ਜਾ ਸਕਦਾ ਹੈ। ਉਹ ਚਰਚਾ ਕਰਨ ਤੋਂ ਬਾਅਦ ਅਗਰ ਸਾਨੂੰ ਪਤਾ ਲੱਗੂਗਾ ਵੀ ਇਹਦੇ ਰਿਜ਼ਲਟ ਪੋਜ਼ਿਟਿਵ ਆਉਣਗੇ ਫਿਰ ਤਾਂ ਅਸੀਂ ਉਧਰਲੇ ਪਾਸੇ ਨੂੰ ਸੋਚਾਂਗੇ, ਨੈਗੇਟਿਵ ਆਉਂਦੇ ਤਾਂ ਉਧਰਲੇ ਪਾਸੇ ਨੂੰ ਸੋਚਾਂਗੇ। ਸੋ ਇਹ ਹਜੇ ਮਤਲਬ ਬਾਕੀ ਮੰਗਾਂ ਦੇ ਸਾਡੀਆਂ ਦੇ ਮੁੱਦੇ ਵਿੱਚ ਖੜੇ ਨੇ, ਜਿਵੇਂ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਦੀ ਗੱਲ ਹੈ, ਹਜੇ ਕਰਜ਼ ਮੁਕਤੀ ਦੀ ਗੱਲ ਹੈ, ਉਹ ਗੱਲਾਂ ਸਾਡੀਆਂ ਅਜੇ ਵਿੱਚ ਬਾਕੀ। ਇਹਦੇ ਕਰਜ਼ ਮੁਕਤੀ ਤੇ ਆ ਚਰਚਾ ਹੀ ਨਹੀਂ ਹੋ ਪਾਈ ਕਿਉਂਕਿ ਜ਼ਿਆਦਾ ਚਰਚਾ ਇਸੇ ਗੱਲ ਤੇ ਹੋ ਗਈ। ਦਰਅਸਲ ਜਦੋਂ MSP ਤੇ ਚਰਚਾ ਹੋਈ ਤੇ ਫਿਰ MSP ਤੇ ਚਰਚਾ ਕਰਨ ਤੋਂ ਬਾਅਦ ਉਹਨਾਂ ਨੇ ਆਪਸ ਵਿੱਚ ਬੈਠ ਕੇ ਪਾਸੇ ਜਾ ਕੇ ਮੰਤਰੀ ਸਾਹਿਬਾਨਾਂ ਨੇ ਕਾਫੀ ਲੰਬਾ ਸਮਾਂ, ਮੇਰਾ ਗੱਲ 2-2.5 ਘੰਟੇ 3 ਘੰਟੇ ਲਾਤੇ ਹੋਣਗੇ, ਉਹ ਆਪਦੀ ਪ੍ਰਪੋਜ਼ਲ ਜੋ ਸੀ ਆਪਦੀ ਚਰਚਾ ਕਰਕੇ ਲੈ ਕੇ ਆਏ।